ਸਤਿ ਸ਼੍ਰੀ ਅਕਾਲ ਪੰਜਾਬ ਸਿੰਘ ਦੇ ਚੈਨਲ 'ਤੇ ਤੁਹਾਡਾ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ ਜੀ। ਅਤੇ ਆਪਾਂ ਕਰ ਰਹੇ ਹਾਂ ਚੈਨਲ 'ਤੇ ਮਾਸਟਰ ਕੈਡਰ ਪੰਜਾਬੀ ਅਤੇ ਨੈੱਟ ਦੇ ਇਮਤਿਹਾਨ ਦੀ ਤਿਆਰੀ ਦੇ ਨਾਲ ਦੀ ਨਾਲ ਹਰ ਪੰਜਾਬ ਭਾਸ਼ਾ ਨਾਲ ਜੁੜਿਆ ਹੋਇਆ ਹਰ ਪੱਧਰ 'ਤੇ ਜਿਹੜੇ ਵੀ ਇਮਤਿਹਾਨ ਹੋ ਰਹੇ ਨੇ ਉਹਦੇ ਵਿੱਚ ਸਾਡੀਆਂ ਵੀਡੀਓ ਤੁਹਾਡੇ ਕੰਮ ਆਉਣਗੀਆਂ ਜੀ। ਪਿਛਲੀ ਵੀਡੀਓ ਦੇ ਵਿੱਚ ਅਸੀਂ ਜਿਹੜੀਆਂ ਆਧੁਨਿਕ ਲੇਖਕਾਂ ਨਾਲ ਸੰਬੰਧਿਤ ਸਾਹਿਤਕਾਰਾਂ ਨਾਲ ਸੰਬੰਧਿਤ ਵੀਡੀਓ ਲੈ ਕੇ ਆਏ, ਉਹਦੇ ਵਿੱਚ ਦਲੀਪ ਕੌਰ ਟਿਵਾਣਾ ਨਾਲ ਆਪਾਂ ਨੰਗੇ ਪੈਰਾਂ ਦਾ ਸਫ਼ਰ ਤੈਅ ਕਰ ਚੁੱਕੇ ਹਾਂ ਜੀ। ਉਸ ਤੋਂ ਅਗਲੀ ਗੱਲ ਖਾਸ ਤੌਰ 'ਤੇ ਇਹ ਸੀ ਕਿ ਜਿਹੜੇ ਮਾਣ ਸਨਮਾਨ ਮਿਲਦੇ ਆ ਕਿਸੇ ਇੱਕ ਸਾਹਿਤਕਾਰ ਲਈ, ਉਹ ਇਮਤਿਹਾਨ ਦੇ ਪੱਖ ਤੋਂ ਹੋਰ ਵੀ ਬਹੁਤ ਜ਼ਰੂਰੀ ਹੁੰਦੇ ਨੇ। ਅਤੇ ਇਹ ਵੀਡੀਓ ਅਲੱਗ ਕਿਉਂ ਬਣਾਉਣੀ ਪਈ, ਕਿਉਂਕਿ ਜਿਵੇਂ ਜਿਵੇਂ ਤੁਸੀਂ ਵੀਡੀਓ ਦੇਖੋਗੇ ਤੁਹਾਨੂੰ ਆਪਣੇ ਆਪ ਅੰਦਾਜ਼ਾ ਹੋ ਸਕਦਾ ਹੋਵੇਗਾ ਜੀ। ਕਾਪੀ ਪੈੱਨ ਕੋਲ ਲੈ ਕੇ ਰੱਖਣਾ ਅਤੇ ਲਿਖਦੇ ਰਹਿਣਾ ਨਾਲ ਦੀ ਨਾਲ, ਕਿੰਨੇ ਮਾਣ ਸਨਮਾਨ ਮਿਲੇ, ਕਿਹੜੀ ਕਿਤਾਬ ਲਈ ਮਿਲਿਆ ਅਤੇ ਕਿਹੜੀ ਸੰਸਥਾ ਵੱਲੋਂ ਦਿੱਤਾ ਗਿਆ, ਇਹਨੂੰ ਲਿਖਦੇ ਰਹੋ ਨਾਲ ਦੀ ਨਾਲ। ਆਪਾਂ ਸ਼ੁਰੂ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਜਿਹੜੇ ਕੁਝ ਪ੍ਰਮੁੱਖ ਮਾਣ ਸਨਮਾਨ ਉਹਦੇ ਵਿੱਚ ਭਾਸ਼ਾ ਵਿਭਾਗ ਪੰਜਾਬ ਦੀ ਗੱਲ ਕਰਦੇ ਹਾਂ। ਪਹਿਲਾਂ ਆਪਾਂ ਭਾਸ਼ਾ ਵਿਭਾਗ ਪੰਜਾਬ ਵੱਲੋਂ ਜਿਹੜਾ ਉਹਨਾਂ ਨੂੰ ਇਨਾਮ ਦਿੱਤਾ ਗਿਆ ਸੀ, ਸਾਧਨਾ ਉਹਨਾਂ ਦੀ ਕਿਤਾਬ ਸੀ ਇੱਕ, ਅਤੇ ਉਹਦੇ ਲਈ ਪੁਰਸਕਾਰ ਦਿੱਤਾ ਗਿਆ ਭਾਸ਼ਾ ਵਿਭਾਗ ਪੰਜਾਬ ਵੱਲੋਂ। ਭਾਰਤੀ ਸਾਹਿਤ ਅਕਾਦਮੀ ਵੱਲੋਂ ਜਿਹੜਾ ਉਹਨਾਂ ਨੂੰ ਅਵਾਰਡ ਦਿੱਤਾ ਗਿਆ, ਅਕਾਦਮੀ ਵੱਲੋਂ ਮਾਣ ਸਨਮਾਨ ਦਿੱਤਾ ਗਿਆ ਜੀ। ਅਤੇ ਉਹ ਸੀਗਾ ਅਤੇ ਉਹਨਾਂ ਦੇ ਜਿਹੜਾ ਸੀ ਇਹੋ ਹਮਾਰਾ ਜੀਵਨਾ ਲਈ, ਇਹ ਹਮਾਰਾ ਜੀਵਨਾ ਉਹਨਾਂ ਦੀ ਜਿਹੜੀ ਪੁਸਤਕ ਸੀਗੀ ਉਹਦੇ ਲਈ ਮਿਲਿਆ ਗਿਆ ਜੀ, ਰਾਸ਼ਟਰੀ ਅਵਾਰਡ ਸੀਗਾ। ਅਤੇ ਉਸ ਤੋਂ ਅਗਲੀ ਗੱਲ ਹੈ ਜਿਹੜੀ ਭਾਰਤ ਸਰਕਾਰ ਦੇ ਸਿੱਖਿਆ ਅਤੇ ਸਮਾਜ ਭਲਾਈ, ਭਾਰਤ ਸਰਕਾਰ ਦੇ ਸਿੱਖਿਆ ਅਤੇ ਸਮਾਜ ਭਲਾਈ ਮੰਤਰਾਲੇ ਵੱਲੋਂ ਪੰਚਾਂ ਵਿੱਚ ਪਰਮੇਸ਼ਰ ਲਈ ਉਹਨਾਂ ਨੂੰ ਪੁਰਸਕਾਰ ਮਿਲਿਆ ਗਿਆ ਜੀ। ਪੰਚਾਂ ਵਿੱਚ ਪਰਮੇਸ਼ਰ ਜਿਹੜੀ ਉਹਨਾਂ ਦੀ ਕਿਤਾਬ ਸੀ ਉਹਦੇ ਲਈ ਉਹਨਾਂ ਨੂੰ ਮਿਲਿਆ ਜੀ, ਭਾਰਤ ਸਰਕਾਰ ਦੀ ਸਿੱਖਿਆ ਅਤੇ ਸਮਾਜ ਭਲਾਈ ਮੰਤਰਾਲੇ, ਇਹ ਧਿਆਨ ਦੇ ਵਿੱਚ ਰੱਖਣਾ। ਉਸ ਤੋਂ ਨਾਲ ਹੀ ਜਿਹੜਾ ਭਾਸ਼ਾ ਵਿਭਾਗ ਪੰਜਾਬ ਵੱਲੋਂ ਇੱਕ ਹੋਰ ਜਿਹੜਾ ਦਿੱਤਾ ਗਿਆ, ਪੀਲੇ ਪੱਤਿਆਂ ਦੀ ਦਾਸਤਾਨ ਦੇ ਲਈ ਉਹਨਾਂ ਨੂੰ ਦਿੱਤਾ ਗਿਆ ਜੀ ਨਾਨਕ ਸਿੰਘ, ਜਿਹੜਾ ਪੁਰਸਕਾਰ ਮਿਲਿਆ ਜੀ ਪੀਲੇ ਪੱਤਿਆਂ ਦੀ ਦਾਸਤਾਨ ਦੇ ਲਈ ਭਾਸ਼ਾ ਵਿਭਾਗ ਪੰਜਾਬ ਵੱਲੋਂ। ਅਗਲਾ ਜਿਹੜਾ ਮਾਣ ਸਨਮਾਨ ਮਿਲਿਆ ਭਾਸ਼ਾ ਵਿਭਾਗ ਪੰਜਾਬ ਵੱਲੋਂ ਨੰਗੇ ਪੈਰਾਂ ਦਾ ਸਫ਼ਰ ਦੇ ਲਈ, ਉਹਨਾਂ ਦੀ ਸਵੈ ਜੀਵਨੀ ਦੇ ਲਈ, ਗੁਰਮੁਖ ਸਿੰਘ ਮੁਸਾਫਰ, ਗੁਰਮੁਖ ਸਿੰਘ ਮੁਸਾਫਰ ਜਿਹੜਾ ਉਹਨਾਂ ਨੂੰ ਅਵਾਰਡ ਮਿਲਿਆ ਜੀ। ਉਸ ਤੋਂ ਬਾਅਦ ਕੈਨੇਡਾ ਦੇ ਅਵਾਰਡ ਮਿਲਿਆ, ਕੈਨੇਡਾ ਵੱਲੋਂ ਏਆਪਾ ਅਵਾਰਡ। ਅਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਹੀ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਮਿਲਿਆ ਜੀ ਇੱਕ, ਅਤੇ ਨਾਲ ਦੀ ਨਾਲ ਪੰਜਾਬ ਸਰਕਾਰ ਵੱਲੋਂ ਇੱਕ ਪ੍ਰਮਾਣ ਪੱਤਰ ਵੀ ਮਿਲਿਆ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ, ਜਿਹੜਾ ਕਿ ਵੱਖੋ ਵੱਖ ਸਾਹਿਤਕਾਰਾਂ ਨੂੰ ਦਿੰਦੇ ਨੇ ਹਰ ਵਾਰ, ਅਤੇ ਉਹ ਹੈ ਜੀ ਕਰਤਾਰ ਸਿੰਘ ਧਾਲੀਵਾਲ ਅਵਾਰਡ ਮਿਲਿਆ। ਪੰਜਾਬੀ ਅਕਾਦਮੀ ਦਿੱਲੀ ਵੱਲੋਂ ਜਿਹੜਾ ਮਿਲਿਆ ਪਿਛਲੇ ਦਹਾਕੇ ਦੀ ਪੰਜਾਬੀ ਨਾਵਲਕਾਰ ਦੇ ਤੌਰ 'ਤੇ ਉਹਨਾਂ ਨੂੰ, ਅਤੇ ਉਹ ਕਿਹੜਾ ਦਹਾਕਾ ਸੀਗਾ, ਦਹਾਕਾ ਬਾਬਾ ਉਹ ਕਿਹੜੇ 10 ਸਾਲਾਂ ਦੀ ਨਾਵਲਕਾਰ ਸਰਵੋਤਮ ਨਾਵਲਕਾਰ ਦੇ ਤੌਰ 'ਤੇ ਉਹਨੂੰ ਨਾਵਲਕਾਰ ਹੋਣ ਦੇ ਨਾਤੇ ਇਹ ਅਵਾਰਡ ਦਿੱਤਾ ਪੰਜਾਬੀ ਅਕਾਦਮੀ ਦਿੱਲੀ ਵੱਲੋਂ। ਉਹ ਕਿਹੜਾ ਦਹਾਕਾ ਸੀ ਤੁਸੀਂ ਦੱਸਣਾ ਵੀ, ਕਿੰਨੇ 1900 ਕਿੰਨੇ ਤੋਂ ਲੈ ਕੇ ਕਿੰਨੇ ਤੱਕ, ਉਹ ਕਿਹੜੇ 10 ਸਾਲ ਸੀ ਜਿਹੜੇ ਦਲੀਪ ਕੌਰ ਟਿਵਾਣਾ ਦੇ ਲਈ ਇਹਨਾਂ ਨੇ ਇਹ ਦਿੱਤਾ, ਖਿਤਾਬ ਦਿੱਤਾ, ਮਾਣ ਸਨਮਾਨ ਦਿੱਤਾ ਪੰਜਾਬੀ ਅਕਾਦਮੀ ਦਿੱਲੀ ਵੱਲੋਂ ਜੀ। ਕਮੈਂਟ ਕਰਕੇ ਜ਼ਰੂਰ ਦੱਸਣਾ, ਇਹ ਤੁਹਾਡੇ ਲਈ ਸਵਾਲ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਜੀ ਲਾਈਫ ਫੈਲੋਸ਼ਿਪ ਦਿੱਤੀ ਗਈ 1994 ਤੋਂ ਕੰਨੜ ਸੰਸਥਾ ਸਾਸਵਤੀ ਕਰਨਾਟਕ, ਉਹਨਾਂ ਵੱਲੋਂ ਜਿਹੜਾ ਇਨਾਮ ਦਿੱਤਾ ਗਿਆ ਕਥਾ ਕੁਕਨੁਸ ਦੇ ਲਈ, ਨਾਵਲ ਦੇ ਲਈ ਨੰਜਾਨਗੂਡੂ ਥਰੂਮਲਾਂਬਾ ਅਵਾਰਡ, ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ। ਭਾਰਤੀ ਭਾਸ਼ਾ ਪ੍ਰੀਸ਼ਦ ਕਲਕੱਤਾ ਵੱਲੋਂ ਜਿਹੜਾ ਇਨਾਮ ਦਿੱਤਾ ਗਿਆ ਦੁਨੀਸ ਹਵਾ ਵਾਗ ਦੇ ਲਈ, ਵਾਗ ਦੇ ਵੀ ਅਵਾਰਡ ਮਿਲਿਆ ਗਿਆ ਜੀ। ਉਸ ਤੋਂ ਅਗਲੀ ਗੱਲ ਹੈ ਜਿਹੜੀ ਅਨੰਦਪੁਰ ਸਾਹਿਬ ਫਾਊਂਡੇਸ਼ਨ ਵੱਲੋਂ, ਅਨੰਦਪੁਰ ਸਾਹਿਬ ਫਾਊਂਡੇਸ਼ਨ ਵੱਲੋਂ ਜਿਹੜਾ ਸਾਡੇ ਕੋਲ ਖਾਲਸਾ ਪੰਥ ਦੇ 3 ਸ਼ਤਾਬਦੀ ਜਸ਼ਨਾਂ ਦੇ ਮੌਕੇ 'ਤੇ ਅਵਸਰ 'ਤੇ ਮਾਤਾ ਸਾਹਿਬ ਕੌਰ ਅਵਾਰਡ ਮਿਲਿਆ ਜੀ ਉਹਨਾਂ ਨੂੰ। ਅਗਲਾ ਜਿਹੜਾ ਗਾ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਆਪਾਂ ਗੱਲ ਹੁਣੀ ਕਰ ਹੀ ਚੁੱਕੇ ਹਾਂ, ਕਰਤਾਰ ਸਿੰਘ ਧਾਲੀਵਾਲ ਸਰਬ ਸ੍ਰੇਸ਼ਠ ਸਾਹਿਤਕਾਰ ਅਵਾਰਡ 2000 ਦੇ ਵਿੱਚ ਮਿਲਿਆ। ਕੇ ਬਿਰਲਾ ਫਾਊਂਡੇਸ਼ਨ ਵੱਲੋਂ ਜਿਹੜਾ ਮਿਲਿਆ ਜੀ ਕਥਾ ਕਹੋ ਉਰਵਿਸੀ ਦੇ ਲਈ ਸਰਸਵਤੀ ਸਨਮਾਨ ਮਿਲਿਆ 2001 ਦੇ ਵਿੱਚ। ਜੇ ਮੇਰੇ ਧਿਆਨ ਦੇ ਵਿੱਚ ਯਾਦ ਦੱਸ ਦੇ ਮੁਤਾਬਕ ਸਹੀ ਹੋਇਆ ਤਾਂ ਮੇਰੇ ਹਿਸਾਬ ਨਾਲ ਜਿਹੜੀ ਦਲੀਪ ਕੌਰ ਟਿਵਾਣਾ ਉਹ ਪਹਿਲੀ ਇਸਤਰੀ ਲੇਖਕਾ ਸੀਗੀ ਅਤੇ ਜਿਹਨੇ ਨੂੰ ਸਰਸਵਤੀ ਸਨਮਾਨ ਮਿਲਿਆ। ਬਾਕੀ ਤੁਸੀਂ ਕਰ ਲਿਓ, ਸਪਸ਼ਟ ਕਰ ਲਿਓ ਅਤੇ ਕਮੈਂਟ ਕਰਕੇ ਦੱਸ ਵੀ ਦਿਓ, ਠੀਕ ਹੈ ਨਾ ਜੀ। ਅਗਲੀ ਗੱਲ ਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਉਹਨਾਂ ਨੂੰ ਸਨਮਾਨ ਮਿਲਿਆ। ਅਤੇ ਅਗਲਾ ਗਿਆਨੀ ਲਾਲ ਸਿੰਘ ਯਾਦਗਾਰੀ ਟਰੱਸਟ ਵੱਲੋਂ ਪਟਿਆਲਾ ਵੱਲੋਂ ਜਿਹੜਾ ਮਿਲਿਆ ਉਹਨਾਂ ਨੂੰ ਗਿਆਨੀ ਲਾਲ ਸਿੰਘ ਯਾਦਗਾਰੀ ਅਵਾਰਡ ਮਿਲਿਆ ਜੀ, ਗਿਆਨੀ ਲਾਲ ਸਿੰਘ ਯਾਦਗਾਰੀ ਟਰੱਸਟ ਪਟਿਆਲਾ ਵੱਲੋਂ। ਅਤੇ ਉਸ ਤੋਂ ਬਾਅਦ ਜਦੋਂ ਅਸੀਂ ਦੇਖਦੇ ਹਾਂ ਕਈ ਸਾਰੀ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਸਾਹਿਤ ਅਤੇ ਵਿੱਦਿਆ ਦੇ ਖੇਤਰ ਵਿੱਚ ਪਾਏ ਯੋਗਦਾਨ ਬਾਰੇ, ਕਿਉਂਕਿ ਵਿੱਦਿਆ ਦੇ ਖੇਤਰ ਵਿੱਚ ਉਹਨਾਂ ਨੇ ਕਾਫੀ ਵੱਡਾ ਯੋਗਦਾਨ ਪਾਇਆ, ਉਹਦੇ ਵਾਸਤੇ ਇੱਕ ਅਲੱਗ ਵੀਡੀਓ ਬਣ ਸਕਦੀ ਆ। ਕਿੰਨੇ ਸਾਲ ਉਹਨਾਂ ਨੇ ਇੱਕ ਅਧਿਆਪਕ ਦੇ ਤੌਰ 'ਤੇ, ਫਿਰ ਪ੍ਰੋਫੈਸਰ ਦੇ ਤੌਰ 'ਤੇ ਯੂਨੀਵਰਸਿਟੀ ਦੇ ਵਿੱਚ ਪਹੁੰਚੇ, ਡੀਨ ਅਤੇ ਰੀਡਰ ਦੇ ਤੌਰ 'ਤੇ, ਉਹ ਸਾਰਾ ਕੁਝ ਵੱਖਰੀ ਗੱਲ ਆ। ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜਾ ਭਾਰਤ ਸਰਕਾਰ ਨੇ ਉਹਨਾਂ ਨੂੰ ਪਦਮ ਸ਼੍ਰੀ ਦਾ ਮਾਨ ਸਨਮਾਨ ਦਿੱਤਾ, ਅਤੇ ਪਦਮ ਸ਼੍ਰੀ ਦਾ ਮਾਨ ਸਨਮਾਨ ਕਿਹੜੇ ਸਾਲ ਦੇ ਵਿੱਚ ਦਿੱਤਾ ਗਿਆ ਇਹ ਵੀ ਕਮੈਂਟ ਕਰਕੇ ਤੁਸੀਂ ਦੱਸਣਾ ਜੀ।
ਅਤੇ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੇ ਜਿੰਨੇ ਵੀ ਮਾਨ ਸਨਮਾਨ ਦੀ ਗੱਲ ਕਰ ਰਹੇ ਹਾਂ ਆਪਾਂ, ਇਹਨਾਂ ਦੇ ਨਾਲ ਸੰਬੰਧਿਤ ਇਮਤਿਹਾਨ ਦੇ ਵਿੱਚ ਇੱਕ ਸਵਾਲ ਪੱਕਾ ਆਉਂਦਾ ਹੀ ਆਉਂਦਾ, ਚਾਹੇ ਕੋਈ ਵੀ ਉਹ ਇਮਤਿਹਾਨ ਹੋਵੇ ਪੰਜਾਬੀ ਦਾ। ਜਦੋਂ ਅਸੀਂ ਅਗਲੀ ਗੱਲ ਕਰਦੇ ਹਾਂ, ਜਲੰਧਰ ਦੂਰਦਰਸ਼ਨ ਵੱਲੋਂ ਉਹਨਾਂ ਨੂੰ ਪੰਜ ਪਾਣੀ ਅਵਾਰਡ ਮਿਲਿਆ ਜੀ, ਜਲੰਧਰ ਦੂਰਦਰਸ਼ਨ ਵੱਲੋਂ। ਫਿਰ ਪੰਜਾਬ ਸਰਕਾਰ ਵੱਲੋਂ ਪੰਜਾਬੀ ਸਾਹਿਤ ਰਤਨ ਅਵਾਰਡ ਮਿਲਿਆ ਜੀ, ਇੱਕ ਉਹਨਾਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਆਪਾਂ ਪਹਿਲਾਂ ਗੱਲ ਕੀਤੀ ਸੀ, ਉਹਦੇ ਨਾਲ ਦੇ ਨਾਲ ਨਾਲ ਉਹਨਾਂ ਨੇ ਡੀ ਲੈਟ ਦੀ ਆਨਰੇਰੀ ਡਿਗਰੀ ਦਿੱਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ, ਇਹ ਵੀ ਤੁਸੀਂ ਯਾਦ ਰੱਖਣਾ। ਅਤੇ ਜਿਹੜਾ ਉਹਨਾਂ ਨੂੰ ਪਦਮ ਸ਼੍ਰੀ ਅਵਾਰਡ ਮਿਲਿਆ ਸੀ ਆਪਾਂ ਹੁਣੇ ਗੱਲ ਕਰ ਚੁੱਕੇ ਹਾਂ, ਜਿਹਦਾ ਕਮੈਂਟ ਦੇ ਵਿੱਚ ਤੁਸੀਂ ਦੱਸਣਾ ਕਿ ਕਦੋਂ ਮਿਲਿਆ ਸੀਗਾ, ਅਤੇ 14 ਅਕਤੂਬਰ 2015 ਨੂੰ, 14 ਅਕਤੂਬਰ 2015 ਨੂੰ ਉਹਨਾਂ ਨੇ ਇਹ ਅਵਾਰਡ ਜੀ ਵਾਪਸ ਕਰਤਾ ਸੀ, ਅਹਿਸਾਨਸ਼ੀਲਤਾ ਦੇ ਮੁੱਦੇ 'ਤੇ ਇਹ ਸਨਮਾਨ ਵਾਪਸ ਕਰਤਾ ਸੀ ਭਾਰਤ ਸਰਕਾਰ ਨੂੰ। ਅਤੇ ਜਿਹੜੀ ਕਿਸੇ ਮਾਨ ਸਨਮਾਨ ਨੂੰ ਵਾਪਸ ਕਰਨਾ ਕਿਸੇ ਸਰਕਾਰ ਦੇ ਲਈ ਬਹੁਤ ਵੱਡੀ ਗੱਲ ਹੁੰਦੀ ਹੈ, ਇੱਕ ਸਾਹਿਤਕਾਰ ਵੱਲੋਂ ਇੱਕ ਬਗਾਵਤ ਹੁੰਦੀ ਹੈ। ਅਤੇ ਜਦੋਂ ਅਸੀਂ ਦਲੀਪ ਕੌਰ ਟਿਵਾਣਾ ਨੂੰ ਦੇਖਦੇ ਹਾਂ, ਅਤੇ ਇੱਕ ਪਾਸੇ ਅਸੀਂ ਅੰਮ੍ਰਿਤਾ ਪ੍ਰੀਤਮ ਬਾਰੇ ਵੀ ਪਹਿਲਾਂ ਆਪਾਂ ਗੱਲ ਕਰ ਚੁੱਕੇ ਹਾਂ, ਸਮਾਂ ਕੋਈ ਵੀ ਹੋ ਸਕਦਾ, ਉਹ 47 ਦੇ ਵਿੱਚ ਜੇ ਅਜਾਖਾਂ ਵਾਰਿਸ ਸਾਹਿਬ ਨੂੰ ਕਵਿਤਾ ਲਿਖ ਕੇ 1984 ਦੇ ਵਿੱਚ ਚੁੱਪ ਹੋ ਜਾਂਦੀ ਹੈ, ਤਾਂ ਕਿਤੇ ਨਾ ਕਿਤੇ ਉਹ ਸਾਹਿਤਕਾਰ ਦੀ ਕਹਿ ਸਕਦੇ ਹਾਂ ਕਿ ਕਲਮ ਡਾਵਾਂਡੋਲ ਹੋ ਗਈ ਜਾਂ ਕਲਮ ਦੇ ਉੱਪਰ ਕੋਈ ਕਾਬਜ਼ ਹੋ ਗਿਆ, ਆਪਾਂ ਕਹਿ ਨਹੀਂ ਸਕਦੇ। ਕਹਿਣ ਦੇ ਵਿੱਚ ਹਰਜ ਵੀ ਕੋਈ ਨਹੀਂ, ਕਿਉਂਕਿ ਰਾਜ ਸਭਾ ਦੇ ਵਿੱਚ ਸੀਟ ਐਵੇਂ ਨਹੀਂ ਸੀ ਮਿਲੀ ਅੰਮ੍ਰਿਤਾ ਪ੍ਰੀਤਮ ਨੂੰ, ਉਹਦਾ ਇੱਕ ਬਹੁਤ ਵੱਡਾ ਮੁੱਦਾ ਗਾ, ਇਹ ਇਮਤਿਹਾਨ ਦੇ ਪੱਖ ਤੋਂ ਤਾਂ ਨਹੀਂ, ਖੈਰ ਚਲੋ ਯਾਦ ਰੱਖਿਓ ਉਹ ਚੀਜ਼ ਨੂੰ ਧਿਆਨ 'ਚ ਰੱਖਿਓ। ਦਲੀਪ ਕੌਰ ਟਿਵਾਣਾ ਸਹਿਨਸ਼ੀਲਤਾ ਦੇ ਮੁੱਦੇ 'ਤੇ ਪਦਮ ਸ਼੍ਰੀ ਦਾ ਸਨਮਾਨ ਵਾਪਸ ਕਰਦੀ ਹੈ 14 ਅਕਤੂਬਰ 2015 ਨੂੰ, ਅਤੇ 1984 ਦੇ ਵਿੱਚ ਅਤੇ ਜਿਹੜੀ ਅੰਮ੍ਰਿਤਾ ਪ੍ਰੀਤਮ ਦੀ ਕਲਮ ਚੁੱਪ ਹੋ ਜਾਂਦੀ ਹੈ, ਅਤੇ ਉਹ ਇੱਕ ਵੱਖਰਾ ਮੁੱਦਾ। ਪਰ ਫਿਰ ਵੀ ਦੋਨੇ ਸਾਹਿਤਕਾਰਾਂ ਦਾ ਖਾਸ ਯੋਗਦਾਨ, ਇਹਦੇ ਬਾਰੇ ਆਪਾਂ ਇੱਕ ਵੀਡੀਓ ਦੇ ਵਿੱਚ ਹੋਰ ਵੀ ਗੱਲ ਕਰਨੀ ਹੈ ਦੋਨਾਂ ਦੀ, ਖਾਸ ਤੌਰ 'ਤੇ ਕਿਹੜੀਆਂ ਕਿਹੜੀਆਂ ਗੱਲਾਂ ਖਾਸ ਤੌਰ 'ਤੇ ਸਾਡੇ ਇਮਤਿਹਾਨ ਦੇ ਲਈ ਜ਼ਰੂਰੀ ਨੇ। ਅਤੇ 2-3 ਜਿਹੜੇ ਸਵਾਲ ਕੀਤੇ ਕਮੈਂਟ ਦੇ ਵਿੱਚ ਦੱਸ ਦਿਓ, ਮਾਣ ਸਨਮਾਨ ਹਾਂ ਜਿੰਨੇ ਆਪਾਂ ਗੱਲ ਕੀਤੀ ਇਹਦੇ ਵਿੱਚੋਂ ਤੁਹਾਨੂੰ ਲੱਗਿਆ ਕਿ ਇਹ ਚੀਜ਼ ਸਾਨੂੰ ਵੱਖਰੀਆਂ ਕਿਤਾਬਾਂ ਨਾਲੋਂ ਵੱਖਰੀ ਪਤਾ ਲੱਗੀ ਆ, ਨਵੀਂ ਪਤਾ ਲੱਗੀ, ਉਹ ਵੀ ਦੱਸ ਦਿਓ, ਕਿਉਂਕਿ ਕੁਝ ਕਿਤਾਬਾਂ ਦੇ ਵਿੱਚ ਕਈ ਵਾਰ ਕੁਝ ਗੱਲਾਂ ਨਹੀਂ ਹੁੰਦੀਆਂ। ਇਸ ਤਰ੍ਹਾਂ ਕੋਸ਼ਿਸ਼ ਕਰਦੇ ਹਾਂ ਆਪਾਂ ਕੁਝ ਨਾ ਕੁਝ ਵੱਖਰਾ, ਕੁਝ ਨਾ ਕੁਝ ਨਵਾਂ ਲੈ ਕੇ ਆਉਣ ਦੀ, ਪਰ ਫਿਰ ਵੀ ਕਿਤਾਬਾਂ 'ਤੇ ਲਿਖਿਆ ਤਾਂ ਬਹੁਤ ਕੁਝ ਹੁੰਦਾ, ਅਸੀਂ ਦਿਮਾਗ ਦੇ ਵਿੱਚ ਲਿਖਣਾ ਇਹਨੂੰ, ਕਿਉਂਕਿ ਅਸੀਂ ਇਮਤਿਹਾਨ ਦੇ ਵਿੱਚ ਲਿਖਣਾ, ਅਤੇ ਇਸ ਲਈ ਜ਼ਰੂਰੀ ਹੈ ਚੈਨਲ ਨਾਲ ਜੁੜੇ ਰਹੋ, ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਨੂੰ ਜਿੰਨਾ ਹੋ ਸਕਦਾ ਜੋੜੋ, ਜਿੰਨਾ ਤੁਸੀਂ ਕਮੈਂਟਾਂ ਦੇ ਰਾਹੀਂ ਸਾਡੇ ਨਾਲ ਜੁੜੋਗੇ ਸਾਡਾ ਹੌਸਲਾ ਹੋਵੇਗਾ ਕਿ ਅਸੀਂ ਉਨੀ ਜਲਦੀ ਅਗਲੀ ਵੀਡੀਓ ਲੈ ਕੇ ਆਈਏ। ਫਿਲਹਾਲ ਅੱਜ ਵੀਡੀਓ ਆਪਾਂ ਇੱਥੇ ਸਮਾਪਤ ਕਰਦੇ ਹਾਂ ਜੀ, ਧੰਨਵਾਦ, ਰੱਬ ਰਾਖਾ, ਹਾਜ਼ਰ ਵਾਜ਼ਰ ਰਹੋ।